ਅਸੀਂ ਪਿੱਛੋਂ ਗਰੰਟਾ ਆਉਂਦੀ ਰਹਿੰਦੀ ਆ ਖਾਂਦੇ ਰਹਿੰਦੇ ਬੈਠੇ ਚੁੱਪ ਕਰਕੇ ਅਸੀਂ ਆਂਟੀ ਮੇਰੇ ਤਾਂ ਹਰੀ ਗਏ ਹੁਣ ਤੂੰ ਮੇਰਾ ਵਲੌਗ ਬਣਾ ਰਿਹਾ ਹਾਂ ਦੇਖੋ ਭਾਈ ਰੋਟੀਆਂ ਚ ਲੱਗੇ ਯਾਰ ਮੈਂ ਕਿਹਾ ਵੀ ਇਹਨਾਂ ਨੂੰ ਵੀ ਰੋਟੀਆਂ ਰੋਟੀਆਂ ਛੱਡ ਦੋ ਕਾਹਨੂੰ ਆਪਾਂ ਲੇਟ ਹੋਈ ਜਾਂਦੇ ਅੱਗੇ ਠੰਡ ਵਧੀ ਜਾਂਦੀ ਆ ਲੋ ਬਾਈ ਲਾਟੀਆਂ ਪਈਆਂ ਹੋਈਆਂ ਨੇ ਸਾਫ਼ ਸੂਫ਼ ਕਰ ਲਿਆ ਕਰੋ ਇਹਨੂੰ ਹੈ ਸੀਗਾ ਬਾਈ ਜੀ ਕਿਵੇਂ ਹੋ ਜੀ ਕਿਵੇਂ ਇੱਧਰ ਵਲੌਗਿੰਗ ਚੱਲਦੀ ਵਲੌਗ ਪਾਈ ਜਾਂਦੇ ਆ ਨਾਲ ਦੇ ਬਣਦਾ ਪਿਆ ਹੁਣ ਪਾਈ ਜਾਂਦੇ ਆ ਨਾਲ ਦੀ ਨਾਲ ਵਲੌਗ ਵੀ ਲੋ ਬਾਈ ਆਇਆ ਨਾ ਦੁਕਾਨ ਕਰਿਓ ਵਿਜ਼ਿਟ ਫਿਰ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਆਪਣੇ ਨਵੇਂ ਵਲੌਗ ਦੇ ਵਿੱਚ ਅਤੇ ਅੱਜ ਹੈਗੀ ਆ 4 ਤਰੀਕ ਅਤੇ ਦੁਪਹਿਰ ਦੇ ਵੱਜ ਰਹੇ ਆ 2:30 ਵੱਜ ਰਹੇ ਆ ਅਤੇ ਅੱਜ ਦਾ ਪਲੈਨ ਹੈਗਾ ਵੀ ਆਪਾਂ ਚੱਲੇ ਹਾਂ ਪਤੰਗਾ ਲੈਣ ਦਰੇਸੀ ਅਤੇ ਪਹਿਲਾਂ ਆਪਾਂ ਜਾਣਾ ਆ ਮੁੰਡੇ ਦਾ ਲੈਪਟੋਪ ਹੈਗਾ ਉਹ ਦਵਾਉਣਾ ਆ ਵੇਚਣਾ ਆ ਅਤੇ ਇੱਕ ਹੈਗੀ ਆਪਣੇ ਦੁਕਾਨ ਜਨੂਨ ਦੇ ਵਿੱਚ ਬੜੇ ਸਸਤੇ ਲੈਪਟੋਪ ਦਿੰਦੇ ਆ ਬੋਟਰ ਲੈਪਟੋਪ ਦਿੰਦੇ ਆ ਤੁਹਾਨੂੰ ਦਿਖਾਵਾਂਗੇ ਜਾ ਕੇ ਅਤੇ ਕਿੰਨੀ ਦੇਰ 'ਚ ਆਪਾਂ ਪਹੁੰਚਦੇ ਉੱਥੇ ਅਤੇ ਉਸ ਤੋਂ ਬਾਅਦ ਕਿੰਨੀ ਦੇਰ 'ਚ ਸ਼ਾਮ ਨੂੰ ਪੈ ਜਾਣੀ ਮੈਨੂੰ ਲੱਗਦਾ ਜਦੋਂ ਆਪਾਂ ਪਤੰਗਾ ਲੈਣ ਜਾਣਾ ਪਿੱਛੇ ਯਾਰ ਵੀ ਗਏ ਉਹਦੇ ਸ਼ਾਮ ਨੂੰ ਹੀ ਗਏ ਸੀਗੇ ਅਤੇ ਦਰੇਸੀ ਜਾਵਾਂਗੇ ਦੇਖਦੇ ਹਾਂ ਦਰੇਸੀ ਜਾਂਦੇ ਹਾਂ ਜਾਂ ਕਿੱਧਰ ਜਾਂਦੇ ਹਾਂ ਹੋਰ ਬਣੇ ਰਹੋ ਤੁਹਾਨੂੰ ਦਿਖਾਵਾਂਗੇ ਅੱਜ ਪੂਰਾ ਐਕਸਪਲੋਰ ਕਰਾਵਾਂਗੇ ਘੈਂਟ ਹੀ ਹੋ ਜਾਣਾ ਪੂਰਾ ਕੰਮ ਸ਼ਾਇਦ ਇਹ 2 ਪਾਰਟ 'ਚ ਵੀ ਆਵੇ ਤੁਹਾਨੂੰ 2 ਪਾਰਟ 'ਚ ਵੀ ਦੇਖਣ ਨੂੰ ਮਿਲ ਸਕਦਾ ਆ ਕਿਉਂਕਿ ਵੀਡੀਓ ਕਈ ਵਾਰ ਲੰਬੀ ਹੋ ਜਾਂਦੀ ਹੈ ਫਿਰ ਉਹਦਾ ਕੋਈ ਫਾਇਦਾ ਨਹੀਂ ਹੈਗਾ ਤੁਹਾਡੇ 2 ਪਾਰਟ 'ਚ ਵਧੀਆ ਕਲੀਅਰ ਕਲੈਰਟੀ ਨਾਲ ਹਰ ਇੱਕ ਚੀਜ਼ ਦਿਖਾਈ ਜਾਂਦੀ ਆ ਅਤੇ ਹੁਣ ਆਪਾਂ ਚੱਲਦੇ ਹਾਂ ਤਿਆਰ ਹੁੰਦੇ ਹਾਂ ਅਤੇ ਇਸ ਤੋਂ ਬਾਅਦ ਨਿਕਲਦੇ ਹਾਂ ਮੈਂ ਜਾਣਾ ਹੁਣ ਰੈਪੀਡੋ ਤੋਂ ਰੈਪੀਡੋ ਤੋਂ ਜਾਣਾ ਆ ਮੈਂ ਅਤੇ ਉਸ ਤੋਂ ਬਾਅਦ ਉੱਥੋਂ ਜਾ ਕੇ ਉਹਦੇ ਨਾਲ ਮੁੰਡੇ ਦਾ ਬਾਈਕ ਲੈ ਕੇ ਆਪਾਂ ਚੱਲ ਜਾਵਾਂਗੇ ਅਤੇ ਉਹ ਫਿਰ ਉਸ ਤੋਂ ਬਾਅਦ ਮੇਰੇ ਨਾਲ ਹੀ ਪਤੰਗਾ ਲੈ ਕੇ ਆਊਗਾ ਪਹਿਲਾਂ ਉਹਦੇ ਘਰੇ ਛੱਡ ਆਉਂਗੇ ਪਤੰਗਾ ਫਿਰ ਉਸ ਤੋਂ ਬਾਅਦ ਆਪਦੇ ਘਰੇ ਲੈ ਕੇ ਆਵਾਂਗੇ ਪਤੰਗਾ ਮੈਂ ਠੀਕ ਆ ਅਤੇ ਕਿਵੇਂ ਬਣਦਾ ਕਿੰਨੀ ਦੇਰ 'ਚ ਆਪਾਂ ਨਿਕਲਦੇ ਹਾਂ ਤੁਹਾਨੂੰ ਦਿਖਾਉਂਦੇ ਹਾਂ ਅੱਗੇ ਜਾ ਕੇ ਵਲੌਗ ਦੇ ਵਿੱਚ ਬਣੇ ਰਹੋ ਬਸ ਤਿਆਰ ਬਸ ਹੁਣ ਬਾਈਕ ਮੰਗਾ ਲਿਆ ਆਉਂਦਾ ਬਾਈਕ ਬਸ ਨਿਕਲਣ ਦੀ ਹੁਣ ਤਿਆਰੀ ਫਿਸ ਕੇ ਜਾਣਾ ਮੇਰੇ ਤੋਂ ਪਹਿਲਾਂ ਜਾ ਕੇ ਹੁਣ ਕਰਦੇ ਹਾਂ ਗੱਲਬਾਤ ਅੱਗੇ ਦਿਖਾਉਂਦੇ ਹਾਂ ਤੁਹਾਨੂੰ ਬਣੇ ਰਹੋ ਬਸ ਬਾਈਕ ਕਰ ਲਿਆ ਬਸ ਉੱਥੇ ਹੀ ਨੇੜੇ ਆ ਰਿਹਾ ਬਾਈਕ ਬਹਿ ਕੇ ਤੁਹਾਨੂੰ ਫਿਰ ਮਿਲਦੇ ਹਾਂ ਇਹ ਜਾਣਾ ਆਪਾਂ ਅਰਥੀ ਲਾਉਂਦੇ ਠੰਡ ਤਾਂ ਜੀ ਬਹੁਤ ਹੋਈ ਹੋਈ ਆ ਧੁੱਪ ਨਿਕਲਣਾ ਸਗੋਂ ਹੋਰ ਜ਼ਿਆਦਾ ਹੋ ਜਾਂਦੀ ਆ ਹਾਂਜੀ ਹਾਂਜੀ ਵਲੌਗ ਵਲੂਗ ਬਣਾਉਂਦੇ ਪਏ ਕੋਈ ਦਿੱਕਤ ਤਾਂ ਨਹੀਂ ਤੁਹਾਨੂੰ ਮੈਂ ਕਿਹਾ ਵਲੌਗ ਵਗੈਰਾ ਬਣਾਉਂਦਾ ਪਿਆ ਮੈਂ ਚਲੋ ਠੀਕ ਲਗੋ ਜੀ ਨਿਕਲ ਗਏ ਬਸ ਹੁਣ ਆਪਾਂ ਇਹ 10 ਤੋਂ 15 ਮਿੰਟ ਲੱਗਣੇ ਆ ਆਰਤੀ ਜਾਊਂ ਜਾਣ ਨੂੰ ਉਸ ਤੋਂ ਬਾਅਦ ਫਿਰ ਜਾਵਾਂਗੇ ਆਪਾਂ ਫਿਊਚਰ ਮਾਰਕੀਟ ਬਾਈਕ ਲੈ ਕੇ ਲੈਪਟੋਪ ਚੇਂਜ ਕਰਾਵਾਂਗੇ ਨਾਲੇ ਤੁਹਾਨੂੰ ਦਿਖਾਵਾਂਗੇ ਉੱਥੇ ਕਿੰਨੇ ਵਧੀਆ ਵਧੀਆ ਲੈਪਟੋਪ ਨੇ ਬੋਟਡ ਲੈਪਟੋਪ ਕਿੰਨੇ ਵਧੀਆ ਆਉਂਦੇ ਨੇ ਬੜਦੇ ਹਾਂ ਤੁਹਾਨੂੰ ਅੱਗੇ ਜਾ ਕੇ ਮੈਂ ਵੀ ਪਹਿਲਾਂ ਕਰਦਾ ਰਿਹਾ ਇਹਦੇ 'ਚ ਅਤੇ ਉਦੋਂ ਮੈਨੂੰ ਵੀ ਬਣਾ ਦਿੰਦਾ ਸੀ ਕਈ ਸਮਾਨ ਫਿਰ ਮੈਨੂੰ ਵੀ ਔਖਾ ਹੋ ਜਾਂਦਾ ਸੀਗਾ ਮੈਂ ਚੱਲ ਐਕਟਿਵ ਵਾਲਾ ਕੰਮ ਸਹੀ ਆ ਵੀ ਸਮਾਨ ਅੱਗੇ ਰੱਖਿਆ ਜਾਂਦਾ ਵਧੀਆ ਆਰਾਮ ਨਾਲ ਲਿਆ ਜਾਂਦਾ ਉਹ ਵੀ ਸਮਾਨ ਹੁੰਦਾ ਕਈ ਸੈਂਸਿਟੀਵਿਟੀ ਦੇ ਜਾਂਦੇ ਸਮਾਨ ਇੱਧਰ ਸਿੱਧਾ ਸਿੱਧਾ ਜੀ ਤਾਂ ਆਹ ਵਲੌਗ ਵਲੂਗ ਬਣਾ ਲਈਦੀ ਆ ਵਿੱਚ ਵਿੱਚ ਨਹੀਂ ਉੱਦਾਂ ਆਪਾਂ ਲੁਧਿਆਣੇ ਜਾਈ ਆ ਸ਼ੁਰੂ ਤੋਂ ਲੁਧਿਆਣੇ ਹੀ ਧੁੱਪ ਧੁੱਪ ਨਿਕਲੀ ਹੋਈ ਆ ਮਾੜੀ ਮੋਟੀ ਫਿਰ ਵੀ ਠੰਡ ਬਹੁਤ ਹੋਈ ਹਾਂਜੀ 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 ਇੱਧਰ ਇੱਧਰ ਖੱਬੇ ਸੱਬੇ ਖੱਬੇ ਹੋਏ ਇਹ ਜਨਵਰੀ ਦਾ ਪੂਰਾ ਠੰਡਾ ਹੀ ਨਿਕਲਦਾ ਜੀ ਹਾਂਜੀ 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 ਹਾਂਜੀ
ਮੈਂ ਕਿਹਾ ਪੰਪ ਪੰਪ ਖੁੱਲ ਗਏ ਦੋ ਦਿਨਾਂ ਦਾ ਹੀ ਕੰਮ ਸੀਗਾ ਇਹਨਾਂ ਦਾ ਬਸ ਉਹੀ ਗੱਲ ਆ ਗੱਲਾਂ ਨੇ ਲੋਕਾਂ ਨੂੰ ਖੱਜਲ ਕਰ ਦਿੱਤਾ ਇੱਕ ਜਨਵਰੀ ਤੋਂ ਪੁੱਲ ਬਣਨਾ ਨਾ ਸਿੱਧਾ ਸਿੱਧਾ ਕੰਮ ਸ਼ਹਿਰ ਨੂੰ ਹੋ ਗਿਆ ਡਾਇਰੈਕਟ ਮੈਨੂੰ ਤਾਂ ਸੀਗਾ ਵੀ ਸਾਹਮਣੇ ਜਿਹੜਾ ਫਿਰੋਜ਼ਪੁਰ ਵਾਲਾ ਪੁੱਲ ਆ ਜੇ ਉਹਦੇ ਨਾਲ ਕਨੈਕਟ ਕਰਦਾ ਤਾਂ ਹੋਰ ਵਧੀਆ ਹੋ ਜਾਂਦਾ ਇਹ ਚੱਕਰ ਆ ਕਿਉਂਕਿ ਹੁਣ ਭਾਈ ਵਾਲੇ ਚੌਂਕ ਤੋਂ ਕੋਈ ਚੜ੍ਹਦਾ ਨਹੀਂ ਹੈਗਾ ਚੱਕਰ ਇਹ ਆ ਸਾਨੂੰ ਤਾਂ ਕੋਈ ਫਾਇਦਾ ਹੀ ਹੈ ਨਹੀਂ ਫਿਰ ਉਹਦਾ ਪਿੱਛੇ ਵਾਲੇ ਨੂੰ ਫਾਇਦਾ ਜਿਹੜੇ ਉੱਥੋਂ ਨਹਿਰ ਤੋਂ ਚੜ੍ਹਨਗੇ ਜਿਹੜੇ ਉਹ ਆ ਕਿ ਭਾਈ ਵਾਲੇ ਚੌਂਕ ਦੇ ਇਹਨਾਂ ਨੇ ਸਿਰਫ ਤਰਾਈ ਤਰਾਈ ਬਣਾਈ ਆ ਚੜ੍ਹਾਈ ਬਣਾਈ ਹੋਈ ਨਹੀਂ ਹੈਗੀ ਕੀ ਫਾਇਦਾ ਫਿਰ ਸਾਡਾ ਤਾਂ ਉਹੀ ਫਿਰ ਆਪਣਾ ਭਾਰਤ ਨਗਰ ਚੌਂਕ ਵਾਲੇ ਲੇਟਾਂ ਵਾਲਾ ਕੰਮ ਹੋ ਗਿਆ ਸਾਡਾ ਤਾਂ ਫਾਇਦਾ ਕੀ ਹੋਇਆ ਫਿਰ ਇੱਧਰ ਲੋਕਾਂ ਨੂੰ ਹਾਂ ਸਾਊਥ ਸਿਟੀ ਵਾਲਿਆਂ ਨੂੰ ਫਾਇਦਾ ਹੋ ਗਿਆ ਬੰਦਾ ਕਰੇਗੀ ਜਦੋਂ ਉੱਧਰ ਮਿਲਿਆ ਇਹਨੂੰ ਤਾਂ ਜਾ ਕੇ ਇਹਨੇ ਇੱਧਰ ਕੰਪਲੀਟ ਕੀਤਾ ਨਹੀਂ ਤਾਂ ਇੰਨੇ ਸਾਲਾਂ ਤੋਂ ਇੱਥੇ ਪੈਸੇ ਬਣਾਈ ਜਾਂਦਾ ਸੀਗਾ ਹੁਣ ਉਹਨੇ ਉੱਥੇ ਬਣਾਈ ਜਾਣੇ ਪੈਸੇ ਇਹ ਚੀਜ਼ ਆ ਬਸ ਪਿੱਛੋਂ ਗਰੰਟ ਆਉਂਦੀ ਰਹਿੰਦੀ ਖਾਂਦੇ ਰਹਿੰਦੇ ਬੈਠੇ ਚੁੱਪ ਕਰਕੇ ਵੀ ਸਾਲ ਦੋ ਸਾਲ ਤਿੰਨ ਚਾਰ ਸਾਲ ਆਰਾਮ ਨਾਲ ਬੈਠੇ ਖਾਓ ਹਨਾ ਵੀ ਆ ਅੰਦਰ ਕਰੋ ਪੈਸੇ ਆਪਣੇ ਗਵਰਨਮੈਂਟ ਦੇ ਇਹ ਚੀਜ਼ ਆ ਹਿਸਾਬ ਕਿਤਾਬ ਕੋਈ ਗਵਰਨਮੈਂਟ ਹਿਸਾਬ ਕਿਤਾਬ ਪੁੱਛ ਕੇ ਰਾਜੀ ਨਹੀਂ ਹੈਗੀ ਜਿਹੜਾ ਪੁੱਛਦਾ ਉਹਦੇ ਮੂੰਹ ਬੰਦ ਕਰ ਦਿੰਦੇ ਆ ਹਾਂ ਕਰਪਸ਼ਨ ਕਰ ਦਿੰਦੇ ਆ ਫਿਰ ਇਸ ਕਰਕੇ ਕੋਈ ਬੋਲ ਕੇ ਰਾਜੀ ਨਹੀਂ ਫਿਰ ਠੀਕ ਆ ਉਹਨਾਂ ਕੋਈ ਵੱਡਾ ਪੁੱਲ ਨਹੀਂ ਹੈਗਾ ਇਹ ਜਿੰਨਾ ਇਹ ਟਾਈਮ ਲਾ ਜਾਂਦੇ ਆ ਸਾਲ ਦੀ ਖੇਡ ਸੀਗੀ ਇਹ ਸਾਰੀ ਟਾਈਮ ਇਹਨਾਂ ਨੇ ਇੰਨਾ ਲੱਗਦਾ ਚਾਰ ਪੰਜ ਸਾਲ 'ਚ ਮੈਂ ਪਤਾ ਨਹੀਂ ਕੀ ਬਣਾਉਣ ਲੱਗੇ ਹੋਏ ਜੇ ਹਾਂ ਪਬਲਿਕ ਨੂੰ ਪਰੇਸ਼ਾਨ ਕੀਤਾ ਅੱਗੇ ਬਸ ਡੈਮੋਕ੍ਰੇਟਿਕ ਕੰਟਰੀ ਹੈ ਜੀ ਜੋ ਮਰਜ਼ੀ ਕਰਦਾ ਕਰੀ ਚੱਲੇ ਕੋਈ ਪੁੱਛ ਕੇ ਰਾਜੀ ਨਹੀਂ ਉਹ ਬਾਹਰ ਵਾਲੇ ਵੀ ਹੁਣ ਤੰਗ ਹੋਈ ਫਿਰਦੇ ਆ ਉਹਨਾਂ ਨੂੰ ਲੱਗਦਾ ਵੀ ਸਾਰੇ ਸਾਡੇ ਕੋਲ ਆਈ ਜਾਂਦੇ ਆ ਠੀਕ ਆ ਉਹਨਾਂ ਨੂੰ ਐਂ ਆ ਵੀ ਬਸ ਸਾਡੇ ਪੈਸੇ ਬਣ ਜਾਣ ਬਾਅਦ 'ਚ ਨਿਆਣਾ ਜੋ ਮਰਜ਼ੀ ਕਰਦਾ ਕਰੀ ਚੱਲੇ ਬਸ ਪਹੁੰਚ ਗਏ ਫਾਈਨਲੀ ਯਾਰ ਦੋ ਤਕਰੇ ਪੈਸੇ ਦੇ ਕੇ ਭਾਈ ਨੂੰ ਵਿਹਲਾ ਕਰਕੇ ਫਿਰ ਮੜਦੇ ਹਾਂ ਯਾਰ ਪੈਂਟ ਇੰਨੀ ਲੰਬੀ ਆ ਨਾ ਖੁੱਲ੍ਹੀ ਥੱਲੇ ਹੀ ਅੜ ਜਾਂਦੀ ਆ ਕਿੰਨੇ ਹੋ ਗਏ ਭਾਈ ਆਪਣੇ 40 ਸਾਲ ਇਹ ਖੁੱਲ੍ਹੇ ਆਇਆ ਜੀ ਆਪਣੇ ਮਿੱਤਰ ਦਾ ਘਰ ਖੜਾ ਬਾਈਕ ਉਹਦਾ ਨਵਾਂ ਠੀਕ ਹੈ ਭਾਅ ਜੀ ਠੀਕ ਹੈ ਧੰਨਵਾਦ ਜੀ ਥੈਂਕ ਯੂ
ओके जी 9 बजे पहुँच गए मतलब घर फोन ला के की जाना कुड़ी का गया वा खान पीन का ना करो जी हम बस चलिए आप अगे लेट हो गए ठंड वही मैं रोटी नहीं खादी आज जी कुछ लैपटॉप एदा आप हम देखते हैं जाके की रेट पैंता एदा मिलते हैं थोनू फिर जाके इदा का मेरे को भी सीगा पहला मैं फिर देता ओलेक्स से वधिया रेट पै गया मैंने 35 तक दे मिल गया सीगा रेट तो मेरा भी कुछ मेरा तो साल लंघ गया सीगा लैपटॉप नू तां भी थोड़ा पै गया हाले इहदी पई आ 2 महीने की वारंटी पई आ तो देखते हैं भाई अपने हैगे जान पछाण दे किन्ना रेट पाउंदे आ जाके मिलदे आ नाले वह बेचते भी इंपोर्टेड लैपटॉप सारे दिखाने हूँ उत्थे जाके लैपटॉप किन्ने दे किवें किवें रेट च तुसीं भी कहो इन्ने सस्ते लैपटॉप दिंदे आ उह मैं भी उन्हां दे लिते हुए सारे लैपटॉप तो तुहानूं दिखाने आ चलदे भी पूरा कैम आ इह नहीं भी चलदे नहीं उन्हां दे लैपटॉप चलदे पूरा कैम आ ਕਹਿੰਦੇ ਜਮੀ ਨਵੀਂ ਕੁਆਲਿਟੀ ਵਾਲੇ ਲੈਪਟੋਪ ਹੁੰਦੇ ਆ ਜਿਵੇਂ ਨਵਾਂ ਬ੍ਰਾਂਡ ਨਿਊ ਕੱਢਿਆ ਹੋਵੇ ਸ਼ੋਰੂਮ ਤੋਂ ਵੀਗਾ ਕੋਈ ਦੇਖ ਲਓ ਇਦਾਂ ਦਾ ਆ ਦੇਖੋ ਭਾਈ ਰੋਟੀਆਂ 'ਚ ਲੱਗੇ ਯਾਰ ਮੈਂ ਕਿਹਾ ਵੀ ਇਹਨਾਂ ਨੂੰ ਵੀ ਰੋਟੀਆਂ ਛੱਡ ਦਿਓ ਕਾਹਨੂੰ ਆਪਾਂ ਲੇਟ ਹੋਈ ਜਾਂਦੇ ਅੱਗੇ ਠੰਡ ਵਧੀ ਜਾਂਦੀ ਆ ਪਰ ਭਾਈ ਲੱਗੇ ਰੋਟੀਆਂ 'ਚ ਉਹਨੇ ਭਟੂੜੇ ਛੋਲੇ ਖਾ ਕੇ ਜਾਣੇ ਅੱਜ ਚਲੋ ਫਿਰ ਖਾ ਕੇ ਮਿਲਦੇ ਆ ਤੁਹਾਨੂੰ ਠੀਕ ਆ ਕਿੱਥੋਂ ਲਿਆਂਦੇ ਕਿੱਥੋਂ ਇਹ ਰਿਆਸਤ ਅੱਛਾ ਠੀਕ ਆ ਵਧੀਆ ਚੱਲ ਜਿਹੜਾ ਪੀਓ ਦੇ ਨਾਲ ਠੀਕ ਆ चल मिलते हैं फिर लो बई लाटियां पईयां होईयां ने देख रहे हैं बड़े को साहब नूं किन्नियां गाड़ियां पैंदियां अज्ज लो जी बस निकली इतों निकल के मिलते हैं कड़ी लगनी है साफ सूफ कर लिया करो इन है अपनी लैन जी फेमस फूचर मार्केट जितने सारे लैपटॉप पहुंच गया मिलते हैं लो बी पहुंच गए दिखाने सू ਆਏ ਜੀ ਦੁਕਾਨ ਇਹਨਾਂ ਦੀ ਫਰੈਂਡ ਦੇ ਠੱਬ ਅਤੇ ਮਿਲਦੇ ਹਾਂ ਸਾਨੂੰ ਫਿਰ ਅੰਦਰ ਜਾ ਕੇ ਗੱਲਬਾਤ ਕਰਾਉਂਦੇ ਹਾਂ ਭਾਈ ਨਾਲ ਕੀ ਸਿਸਟਮ ਆਉਂਦਾ ਇੱਕ ਤਾਂ ਇਹ ਡਿੱਗ ਜਾਂਦਾ ਹਲੇ ਸੀਗਾ ਬਾਈ ਜੀ ਕਿਵੇਂ ਹੋ ਜੀ ਕਿਵੇਂ ਇੱਧਰ ਵਲੋਗਿੰਗ ਚੱਲਦੀ ਵੈਸੇ ਵਲੋਗਿੰਗ ਵਲੋਗ ਬਣਦੇ ਆ ਹਾਂਜੀ ਹਾਂਜੀ ਆਪਾਂ ਕਰ ਲਈ ਸ਼ੁਰੂ ਮੈਂ ਕਿਹਾ ਚੱਲ ਬਣਾ ਲਿਆ ਕਰੀਏ ਵਿਹਲੇ ਬੈਠੇ ਜਾਂਦੇ ਬਣਦੇ ਨੱਗਦੇ ਵੜਦੇ अच्छा मैं किया भाई नू फोन लैपटॉप देना सी हाँ जी वारंटी है 2 साल की व्यू बुक आ मॉडल है जी दस्या सी भाई नू मैं इस व्यू बुक तो वारंटी जी हैगी 2 महीने की रही है वारंटी सेल करना भाई ने की कल वह कहते ले आओ देख लें फिर आप ਤੇ ਹੁਣ ਲਾਈ ਫੋਨ ਮੈਂ ਹਾਂ ਬੁਲਾ ਲਓ ਉਹਨਾਂ ਨੂੰ
ਕਿੰਨਾ ਲੱਗਾ ਸੀ ਇਹ 45 ਦਾ ਸਮਝ 44 45 ਦਾ ਬਣ ਗਿਆ ਭਾਈ ਨੇ ਹੁੰਦਾ ਮੇਨ ਹੈ ਨਾ ਉਹਨਾਂ ਨੂੰ ਪਤਾ ਹੁੰਦਾ ਯਾਰ ਮੇਨ ਹੁੰਦਾ ਖਰੀਦ ਉਹਨਾਂ ਨੂੰ ਪਤਾ ਹੁੰਦੀ ਹੈ ਨਾ ਕੀ ਕੀ ਰੇਟ ਤੇ ਅੱਜ ਕੱਲ ਚੱਲਦਾ ਪ੍ਰੋਪਰ ਸੋਚੋ ਤੇ ਸਟਾਕ ਸਟੂਕ ਕੀ ਆਇਆ ਫਿਰ ਅੱਜ ਨਵਾਂ ਆਇਆ ਕੀ ਕਿਹੜਾ ਆਇਆ 7-8 ਲੱਖ ਪਤਾ ਨਹੀਂ ਕਿਹੜੇ ਉਹ ਡੈਲ ਐਸਰ ਦੇ ਹਾਂ ਡੈਲ ਐਚ ਇਹ ਤਾਂ ਨਵੇਂ ਨੇ ਸਾਰੇ ਅੱਛਾ ਅੱਛਾ ਐਸਰ ਵਾਲੇ ਸਾਰੇ ਬ੍ਰਾਂਡ ਤੇ ਚੱਲਦੇ ਹੋਏ ਨਵੇਂ ਹਾਂ ਹਾਂ ਇਹ ਕੀ ਰੇਟ ਪੈਂਦੇ ਆ ਇਹ ਲੱਗ ਲੱਗ ਆਈ 3 ਲਾ ਕੇ ਚੱਲੋ ਘੱਟ ਘੱਟ 30-35,000 ਤੋਂ ਸਟਾਰਟ ਹੋ ਗਿਆ ਤੁਹਾਡਾ ਅੱਛਾ ਜਾਇ ਕੇ ਲੈਣਾ 45,000 ਠੀਕ ਹੈ ਜੀ ਵਾਲੇ ਵੀ ਹੈਗੇ ਆਪਣੇ ਹਾਂ ਹਾਂ ਬੋਟਡ ਵਾਲੇ ਆ ਲੱਗਿਆ ਹਨਾ ਠੀਕ ਨਵੇਂ ਜਾਇਆ ਕੋਈ ਬੋਟਡ ਨਵੇਂ ਜਾਇਆ ਬੋਟਡ ਵਿੱਚ ਉਹੀ ਆ ਰਿਹਾ ਜਿਹੜਾ ਅੰਦਰ ਉਹੀ ਆ ਰਿਹਾ ਹੁਣ ਤੱਕ ਸਪੈਸੀਫਿਕ ਨਵਾਂ ਨਹੀਂ ਆਇਆ ਹਜੇ ਅੱਛਾ ਉਦਾਂ ਮਤਲਬ ਉਹੀ ਚੱਲਦੇ ਪਏ ਨੇ ਉਹੀ 25-30,000 ਚ ਰੇਂਜ ਚ ਠੀਕ ਆ ਆਪਣੀ ਜਗ੍ਹਾ ਸਾਰੀਆਂ ਵਾਧੂ ਜਗ੍ਹਾ ਨੇ ਮੁੱਕਦੀਆਂ ਨੀ ਮੁੱਕਦੀਆਂ ਜਾਂਦੇ ਜਾਂਦੇ ਕਿਤੇ ਨਾ ਕਿਤੇ ਐਕਸਪਲੋਰ ਕਰਾ ਲਈਦਾ ਸ਼ੁਰੂ ਕੀਤਾ ਹੀ ਆ ਜੋ ਫਤਿਹਗੜ੍ਹ ਸਾਹਿਬ ਗਏ ਸੀਗੇ ਉੱਥੋਂ ਹੀ ਸ਼ੁਰੂ ਕੀਤਾ ਸੀਗਾ ਫਿਰ ਦੁਕਾਨ ਕਰਿਓ ਵਿਜ਼ਿਟ ਫਿਰ ਬਹੁਤ ਵਧੀਆ ਰੇਂਜ ਤੇ ਲੈਪਟਾਪ ਦਿੰਦੇ ਆ ਠੀਕ ਹੈ ਨਾ ਮੀਡੀਅਮ ਕਲਾਸ ਵਾਲੇ ਆਪਣੇ ਵਰਗੇ ਨਹੀਂ ਵਧੀਆ ਖਰਚ ਸਕਦੇ ਰੁਪਈਏ ਉਹਨਾਂ ਵਾਸਤੇ ਠੀਕ ਆ ਇੱਥੇ ਕਰਿਓ ਵਿਜ਼ਿਟ ਠੀਕ ਹੈ ਨਾ ਬਹੁਤ ਵਧੀਆ ਬੰਦੇ ਨੇ ਘਰੇ ਰੱਖਣਾ ਹੁਣ ਬੈਗ ਦਾ ਆਪਾਂ ਨਾਲ ਲੈ ਆਨੇ ਕੋਈ ਚੱਕਰ ਨਹੀਂ ਹੈ ਕੀ ਘਰੇ ਰੱਖ ਦਈਏ ਵੀ ਘਰੇ ਰੱਖ ਲੈਨੇ ਫਿਰ ਹੋਰ ਕੀ ਆ ਘਰੇ ਰੱਖ ਦਈਏ ਨਾ ਹਾਂ ਚੱਲ ਚੱਲ